ਦਾ ਪ੍ਰਸਿੱਧ ਸਕੂਲ ਮਾਤਾ ਗੁਜਰੀ ਪਬਲਿਕ ਸਕੂਲ ਜਿਹੜਾ CBSE ਨੂੰ ਬਿਲੋਂਗ ਕਰਦਾ ਅਤੇ ਅੱਜ 10ਵੀਂ ਦਾ ਨਤੀਜਾ ਆਇਆ। ਮੇਰੇ ਨਾਲ ਨੇ ਮਨਤੇਸ਼ਵਰ, ਅਤੇ ਮਨਤੇਸ਼ਵਰ ਦੀ ਪ੍ਰਾਪਤੀ ਹੈਗੀ ਹੈ ਮੈਥ ਅਤੇ IT ਦੇ ਵਿੱਚੋਂ 100% ਇਹਨੇ ਆਪਣਾ ਅਚੀਵ ਕੀਤਾ ਔਰ ਇਹ ਡਿਸਟ੍ਰਿਕਟ ਟੌਪ ਰਿਹਾ ਹੈ ਔਰ ਇਸ ਤੋਂ ਇਲਾਵਾ 10ਵੀਂ ਦਾ ਰਿਜ਼ਲਟ ਵੀ ਬੜਾ ਅੱਛਾ ਰਿਹਾ। ਮਨਤੇਸ਼ਵਰ ਮੇਰੇ ਨਾਲ ਹੈ, ਮਨਤੇਸ਼ਵਰ ਸਕੂਲ ਪ੍ਰਿੰਸੀਪਲ ਵੀ ਅੱਜ ਤੇਰੇ ਕੋਲ ਪਹੁੰਚੇ ਹੋਏ ਨੇ, ਪੇਰੈਂਟਸ ਵੀ ਬੜੇ ਖੁਸ਼ ਹੈ। ਇਹ ਅਚੀਵਮੈਂਟ ਦਾ ਅਸਲ ਕਾਰਨ ਜਾਂ ਇਹਦੇ ਲਈ ਕਿੰਨੀ ਕੁ ਹਾਰਡਲ ਤੈਨੂੰ ਕਰਨੀ ਪਈ? ਐਕਚੁਅਲੀ ਹਾਰਡਵਰਕ ਡੈਫੀਨੇਟਲੀ ਮੇਰੀ ਵੀ ਹਾਰਡਵਰਕ ਰਹੀ ਹੈ, ਬਟ ਦਾ ਗ੍ਰੇਟਰ ਰੋਲ ਜਿਹੜਾ ਕੀ ਸੀਗਾ ਦੈਟ ਵਾਜ਼ ਮੋਸਟਲੀ ਆਫ ਮਾਈ ਸਕੂਲ ਐਂਡ ਆਫ ਮਾਈ ਪੇਰੈਂਟਸ। ਐਂਡ ਲਾਈਕ ਸਕੂਲ ਦੇ ਵਿੱਚ ਮੋਸਟਲੀ ਮੇਰੀ ਆਲਮੋਸਟ 100% ਅਟੈਂਡੈਂਸੀ ਸੀ, ਐਂਡ ਡਿਊ ਟੂ ਦੈਟ ਮੇਰੀ ਜੋ ਸਕੂਲ ਦੇ ਵਿੱਚ ਲੈਕਚਰਸ ਲੱਗਦੇ ਸੀ ਉਹਨਾਂ ਨੂੰ ਮੈਂ ਈਜ਼ੀਲੀ ਅਬਜ਼ੋਰਬ ਕਰ ਪਾਉਂਦਾ ਸੀ ਐਂਡ ਇੰਟਰਨਲਾਈਜ਼ ਕਰ ਪਾਉਂਦਾ ਸੀ। Moreover, the culture that the school provides is also really great, and it also inspires me to study for regular hours. And moreover, my parents, they were also very supportive, and in my home also they also provided me a very good environment for study. And any positivity leon da ida tarika ki method ki haga, baki bachiyan nu ki guide karde ho, kehdiyan cheezan ton dur rehne, kehdiyan cheezan ton avoid karne? Definitely sir, ਜੋ ਕਿ ਅਵੋਇਡ ਕਰਨੀਆਂ ਚਾਹੀਦੀਆਂ ਦੈਟ ਆਰ ਡਿਸਟਰੈਕਸ਼ਨਸ, ਲਾਈਕ ਦ ਮੋਬਾਈਲ ਫੋਨ ਇਜ਼ ਦ ਬਿਗੈਸਟ ਡਿਸਟਰੈਕਸ਼ਨ ਆਫ ਟੂਡੇਜ਼ ਟਾਈਮ, ਐਂਡ ਸੋਸ਼ਲ ਮੀਡੀਆ। ਮੋਰਓਵਰ, ਲਾਈਕ ਆਈ ਕੁਇਟ ਆਲ ਸੋਸ਼ਲ ਮੀਡੀਆ ਬਿਫੋਰ ਆਈ ਸਟਾਰਟਡ ਮਾਈ 10th ਕਲਾਸ, ਐਂਡ ਡੈਫੀਨੇਟਲੀ ਆਈਲ ਐਡਵਾਈਸ ਐਵਰੀਵਨ ਟੂ ਡੂ ਦ ਸੇਮ। ਫਸਟ ਆਫ ਆਲ, ਲਾਈਕ ਵੀ ਸੀ ਦੈਟ ਇਟ ਹੈਜ਼ ਨੋ ਬੈਨੀਫਿਟ ਟੂ ਅਸ ਇਨ ਰੀਅਲ ਲਾਈਫ, ਐਂਡ ਸੋ ਆਈ ਥਿੰਕ ਦੈਟ ਐਵਰੀਵਨ ਸ਼ੁੱਡ ਕੁਇਟ ਸੋਸ਼ਲ ਮੀਡੀਆ ਅਪਾਰਟ ਫਰੋਮ ਦ ਕੰਪਨੀਜ਼ ਦੈਟ ਯੂ ਡਿਡ ਫੋਰ ਐਡਵਰਟਾਈਜ਼ਮੈਂਟ। ਫੋਰ ਡਿਸਟਰੈਕਸ਼ਨ ਦੱਸਿਆ ਤੁਸੀਂ, ਫਾਈਵ ਦੱਸੋ, ਇੱਕ ਹੋਰ ਦੱਸੋ। ਅਨਦਰ ਡਿਸਟਰੈਕਸ਼ਨ ਇਜ਼ ਕਿ ਜੋ ਤੁਹਾਡੇ ਫਰੈਂਡਸ ਹੁੰਦੇ ਆ, ਕਈ ਵਾਰ ਦੇ ਆਰ ਦ ਅਦਰ ਟਾਈਪ ਆਫ ਫਰੈਂਡਸ ਦੈਟ ਆਰ ਨੋਟ ਇੰਟਰਸਟਡ ਇਨ ਸਟੱਡੀ, ਐਂਡ ਉਹ ਤੁਹਾਨੂੰ ਲਾਈਕ ਘੁੰਮਾਉਣ ਲੈ ਜਾਂਦੇ ਆ ਕਿਤੇ ਜਾਂ ਫਿਰ ਪਾਰਟੀਜ਼ 'ਤੇ ਲੈ ਜਾਂਦੇ ਆ, ਤਾਂ ਉਹਨਾਂ ਤੋਂ ਥੋੜ੍ਹਾ ਜਿਹਾ ਡਿਸਟੈਂਸ ਬਣਾ ਕੇ ਰੱਖਣਾ ਹੀ ਬੈਸਟ ਹੋਊਗਾ ਜੇ ਤੁਸੀਂ ਆਪਣੀ ਅਕੈਡਮਿਕ ਸਕਸੈਸ ਲੈਣਾ ਚਾਹੁੰਦੇ ਹੋ। ਮਨਤੇਸ਼ਵਰ ਦੇ ਪ੍ਰਿੰਸੀਪਲ ਇਸ ਅਚੀਵਮੈਂਟ ਨੂੰ ਕਿਵੇਂ ਲੈਂਦੇ ਆ? ਕਿਉਂਕਿ ਪ੍ਰਿੰਸੀਪਲ 'ਤੇ ਜ਼ਿਆਦਾ ਪ੍ਰੈਸ਼ਰ ਵੀ ਹੁੰਦਾ, ਪੇਰੈਂਟਸ ਦਾ ਵੀ, ਬੱਚੇ ਦਾ ਵੀ, ਔਰ ਆਪਣਾ ਵੀ ਇੱਕ ਹੁੰਦਾ ਕਿ ਗੋਲ ਅਚੀਵ ਕਰਨਾ। ਹਾਂਜੀ ਸਰ, ਜਿੱਥੇ ਗੱਲ ਤੁਸੀਂ ਗੋਲ ਦੀ ਕਰ ਰਹੇ ਹੋ ਤਾਂ ਡੈਫੀਨੇਟਲੀ ਇੱਕ ਬੜਾ ਫਿਕਸ ਐਂਡ ਟਾਰਗੇਟਿਡ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਬਿਕੋਜ਼ ਦਿਸ ਇਜ਼ ਨੋਟ ਦਾ ਫਸਟ ਟਾਈਮ ਮੈਂ ਕਹਾਂਗੀ ਸਾਡਾ ਇਹ ਬੱਚਾ ਜਿਹੜਾ ਵਾ ਇੱਕਦਮ ਸਾਡੇ ਕੋਲੋਂ ਸਾਹਮਣੇ ਆਇਆ। ਦਿਸ ਇਜ਼ ਹਿਜ਼ ਫਸਟ ਅਚੀਵਮੈਂਟ, ਆਈ ਕੈਨ ਸੇ ਦਿਸ ਮਚ ਇਨ ਗ੍ਰੈਂਡ ਸਕਸੈਸ। ਪਰ ਆਲਰੇਡੀ ਅਸੀਂ ਲਾਸਟ ਟੂ ਲਾਸਟ ਈਅਰ 99.6% 'ਤੇ ਰਹੇ ਹਾਂ। ਅਸੀਂ ਸਟੇਟ ਪੋਜੀਸ਼ਨ ਦੇ ਵਿੱਚ ਸੈਕਿੰਡ ਪੋਜੀਸ਼ਨ ਹਾਸਿਲ ਕੀਤੀ ਸੀ। ਇਸ ਵਾਰੀ ਵੀ ਸਾਡੀ ਸਟੇਟ ਦੇ ਵਿੱਚ ਜੇ ਫਸਟ ਨਹੀਂ ਤਾਂ ਸੈਕਿੰਡ ਪੋਜੀਸ਼ਨ ਦੇ ਵਿੱਚ ਅਸੀਂ ਪ੍ਰੋਸੀਡ ਕਰਾਂਗੇ। ਜਿਵੇਂ ਕਿ ਤੁਹਾਡਾ ਮੇਨ ਕੁਐਸਚਨ ਹੈ ਕਿ ਕੀ ਹੋਣਾ ਚਾਹੀਦਾ, ਇੱਕ ਫਿਕਸ ਗੋਲ ਹੋਣਾ ਚਾਹੀਦਾ ਅਤੇ ਕੰਟੀਨਿਊਟੀ ਆਫ ਸਟੱਡੀ ਹੋਣੀ ਚਾਹੀਦੀ ਹੈ। ਉਹੀ ਅਸੀਂ ਸਾਰੇ ਸਾਲ ਦੇ ਵਿੱਚ ਕੀਤੀ। ਅਸੀਂ ਹਰ ਐਕਸਟਰਾ ਕੈਰੀਕੁਲਰ ਦੇ ਵਿੱਚ ਹੋਲਿਸਟਿਕ ਅਪਰੋਚ ਨੂੰ, NEP ਦੀ ਨਵੀਂ ਐਡਵਾਂਸ ਅਪਰੋਚ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖਿਆ, ਅਤੇ ਬੱਚੇ ਦੀ ਓਵਰਆਲ
ਆਲਰਾਊਂਡ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਇਹਦੇ ਵਿੱਚ ਵੀ ਤੁਹਾਨੂੰ ਦੇਖਣ ਦੇ ਵਿੱਚ ਮਿਲੀ ਹੋਏਗੀ। ਕੁਛ ਹੀ ਮਹੀਨੇ ਪਹਿਲੇ ਇਫ ਵੁਡ ਆਈ ਲਾਈਕ ਟੂ ਸੇ ਕਿ ਹੀ ਵਾਜ਼ ਨੋਟ ਇਨ ਅ ਪੋਜੀਸ਼ਨ ਟੂ ਬੀ ਟੋਕ ਬਿਫੋਰ ਦਾ ਮੀਡੀਆ ਆਲਸੋ ਅਤੇ ਨਾਓ ਡੇਜ਼ ਹੀ ਇਜ਼ ਦਾ ਹੀਰੋ ਆਫ ਦਾ ਸਕੂਲ ਐਂਡ ਹੀ ਇਜ਼ ਗਿਵਿੰਗ ਦਾ ਦਿਸ ਆਲ ਇੰਟਰਵਿਊਜ਼ ਐਂਡ ਕੰਡਕਟਿੰਗ ਐਂਡ ਇਜ਼ ਨੋਟ ਮਾਈਂਡਿੰਗ ਫੋਰ ਇਟ। ਸੋ ਮੇਰੇ ਤੁਸੀਂ ਗੱਲ ਕੀਤੀ ਐਨ ਏ ਪੀ ਦੀ, ਇੱਕਦਮ ਚੇਂਜ ਹੋਇਆ ਨੈਸ਼ਨਲ ਐਜੂਕੇਸ਼ਨ ਪਾਲਿਸੀ 2020, ਉਹਦੇ ਨਾਲ ਕੀ ਜ਼ਿਆਦਾ ਐਫਰਟ ਕਰਨੀ ਪਈ ਕਿਉਂਕਿ ਇੱਕ ਟਰੈਕ 'ਤੇ ਜਾ ਰਿਹਾ ਬੱਚਾ, ਇੱਕਦਮ ਸਾਰਾ ਸਿਸਟਮ ਹੀ ਚੇਂਜ ਹੋ ਗਿਆ। ਬਿਲਕੁਲ ਜੀ। ਸੋ ਉਹਦੇ ਨਾਲ ਇਹ ਫਾਇਦਾ ਹੋਇਆ ਕਿ ਸਾਡੇ ਸਕੂਲ ਦੇ ਵਿੱਚ ਅਪਰੋਕਸੀਮੇਟਲੀ 10 to 15 years ਪਹਿਲੇ ਤੋਂ ਮੈਂ ਜੇ ਯਾਦ ਕਰਕੇ ਦੇਖਾਂ, ਵੀ ਪੀਪਲ ਵਰ ਬੇਸਿਕਲੀ ਡਿਪੈਂਡ ਅਪੋਨ ਦਾ ਰੀਅਲਿਜ਼ਮ, ਰੀਅਲ ਐਜੂਕੇਸ਼ਨ ਦੇ ਵਿੱਚ। ਮਤਲਬ ਸਾਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਿਆ, ਪਰ ਬੱਚੇ ਜਿਹੜੇ ਨੇ ਕੁਛ ਇੱਕ ਉਹਨਾਂ ਦੀ ਇੰਨੀ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਹੁਣ। ਮਤਲਬ ਇੱਕ ਸਟੱਡੀ, ਇੱਕ ਉਹਨਾਂ ਨੂੰ ਇੱਕ ਇੰਜੋਇਮੈਂਟ ਵਾਲਾ ਪਾਰਟ ਵੀ ਲੱਗਦਾ। ਅੱਗੇ ਹੁੰਦਾ ਸੀਗਾ ਕਿ ਬੇਸਿਕਲੀ ਵੀ ਪੀਪਲ ਵਰ ਸੋ ਰਿਜਿਡ ਫੋਰ ਇਟ ਕਿ ਇੰਨਾ ਮੈਂ ਪੇਪਰ ਪੜ੍ਹ ਰਿਹਾ, ਕੋਈ ਸਰਟਨਟੀ ਨਹੀਂ ਹੁੰਦੀ ਸੀ ਕਿ ਮੈਂ ਕਿੰਨੇ ਪਰਸੈਂਟੇਜ ਮਾਈਂਡ ਅਪ ਕਰਾਂਗਾ। ਹੁਣ ਜਦੋਂ ਇਹਨਾਂ ਨੂੰ ਐਗਜ਼ਾਮੀਨੇਸ਼ਨ ਤੋਂ ਬਾਹਰ ਨਿਕਲ ਕੇ ਆਉਂਦੇ ਹਾਂ ਤਾਂ 95 ਇਜ਼ ਅ ਵੈਰੀ ਈਜ਼ੀ ਟੂ ਓਬਟੇਨ ਮਾਰਕਸ। ਹਾਂ, ਉਸ ਤੋਂ ਬਾਅਦ 95 ਤੋਂ ਜਿਹੜਾ ਅਗਲਾ ਟਾਰਗੇਟ ਅਚੀਵ ਕਰਨਾ ਹੁੰਦਾ ਹੈ ਉਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਕੰਪੀਟੈਂਸੀ ਦੀ ਜ਼ਰੂਰਤ ਹੁੰਦੀ ਹੈ। ਸੋ ਉਹ ਕੰਪੀਟੈਂਸੀ ਆਈ ਸੁਜੈਸਟ ਟੂ ਐਵਰੀਵਨ ਕਿ ਜੇ ਤੁਸੀਂ ਮੇਰੇ ਕੋਲ ਬੀਂਗ ਏ ਪ੍ਰਾਊਡ ਪ੍ਰਿੰਸੀਪਲ ਆਫ ਦਾ ਚਾਈਲਡ ਵੁੱਡ ਲਾਈਕ ਟੂ ਟੇਕ, ਆਈ ਵਿਲ ਫੀਲ ਕਿ ਬੱਚਿਆਂ ਨੂੰ ਜੋ ਵੀ ਮੂਵਮੈਂਟ ਕਰਵਾਇਆ ਜਾਵੇ ਡਿਪੈਂਡ ਅਪੋਨ ਦਾ ਕੰਪੀਟੈਂਸੀ, ਆਪਣੇ ਧਿਆਨ 'ਚ ਰੱਟਾਫਿਕੇਸ਼ਨ ਨਾ ਲਗਾ ਕੇ ਬਲਕਿ ਇਸ ਚੀਜ਼ ਦਾ ਧਿਆਨ ਦਿੱਤਾ ਜਾਵੇ ਕਿ ਜ਼ਿੰਦਗੀ ਦੇ ਵਿੱਚ ਇਹ ਮੇਰੀ ਚੀਜ਼ ਕਿਵੇਂ ਕੰਮ ਆਉਣੀ ਹੈ, ਮੈਂ ਉਹਨੂੰ ਆਪਣੇ ਐਂਗਲ ਦੇ ਉਸ ਪ੍ਰੋਸਪੈਕਟਿਵ ਦੇ ਨਾਲ ਬਣਾ ਕੇ ਚੈੱਕ ਕਰਾਂ ਤਾਂ ਆਈ ਫੀਲ ਕਿ ਦਿਸ ਇਜ਼ ਅ ਗੁੱਡ ਜੋਬ। ਮੰਤੇਸ਼ਵਰ ਦੀ ਮਦਰ ਸਾਡੇ ਨਾਲ ਨੇ, ਤੁਸੀਂ ਵੀ ਟੀਚਰ ਰਹੇ ਹੋ। ਮੈਂ ਮੈਡਮ ਨੂੰ ਪੁੱਛ ਰਿਹਾ NEP ਦਾ ਚੇਂਜ ਜਦੋਂ ਹੋਇਆ ਟੀਚਰ, ਤੁਸੀਂ ਤਾਂ ਮਾਇੰਡ 'ਚ ਹੁੰਦਾ ਵੀ ਪਹਿਲਾਂ ਬੱਚਾ ਵਧੀਆ ਪੜ੍ਹ ਰਿਹਾ ਸੀ, ਹੁਣ ਨਵਾਂ ਹੀ ਇੱਕ ਸੱਪ ਨਿਕਲਿਆ ਆ, ਉਹਦਾ ਪ੍ਰੈਸ਼ਰ ਔਰ ਹੁਣ ਜਿਹੜੀ ਅਚੀਵਮੈਂਟ ਹੋਈ ਹੈ ਇਹਦੀ ਖੁਸ਼ੀ? ਐਕਚੁਲੀ ਬੜਾ ਪ੍ਰਾਊਡ ਫੀਲ ਹੋ ਰਿਹਾ ਜੀ, ਬੀਇੰਗ ਅ ਮਦਰ ਬੜਾ ਪ੍ਰਾਊਡ ਫੀਲ ਹੋ ਰਿਹਾ। ਐਂਡ ਮੋਰ ਓਵਰ ਬੱਚੇ ਦਾ ਵੀ ਹਾਰਡ ਵਰਕ ਹੈ ਜੀ, ਐਂਡ ਮੇਨ ਰੋਲ ਜੋ ਹੈ ਉਹ ਮੇਨ ਅਸੀਂ ਕਹਾਂਗੇ ਜੀ ਸਕੂਲ ਦਾ ਹੈ। ਮੇਨ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਐਂਡ ਸਟਾਫ ਬਹੁਤ ਹੀ ਜ਼ਿਆਦਾ ਡੈਡੀਕੇਟਡ ਹੈ, ਹਾਰਡ ਵਰਕਿੰਗ ਹੈ, ਐਂਡ ਈਚ ਐਂਡ ਐਵਰੀ ਸਟੈਪ 'ਤੇ ਉਹਨਾਂ ਨੇ ਬੱਚੇ ਦਾ ਸਪੋਰਟ ਕੀਤਾ ਜੀ। ਫਾਈਨਲੀ ਰਿਜ਼ਲਟ ਤੁਹਾਡੇ ਸਾਹਮਣੇ ਹੈ ਜੀ, ਸੋ ਆਈ ਵੁੱਡ ਲਾਈਕ ਟੂ ਰੀਅਲੀ ਥੈਂਕਸ ਟੂ ਵਰਦੀ ਪ੍ਰਿੰਸੀਪਲ ਮੈਮ ਐਂਡ ਵਾਈਸ ਪ੍ਰਿੰਸੀਪਲ ਮੈਮ ਆਲਸੋ, ਐਂਡ ਥੈਂਕ ਯੂ ਸੋ ਮੱਚ। ਮੰਤੇਸ਼ਵਰ ਦੀ ਤਰ੍ਹਾਂ ਬਾਕੀ ਬੱਚੇ ਵੀ ਇਸ ਤਰ੍ਹਾਂ ਦਾ ਗੋਲ ਅਚੀਵ ਕਰਨ, ਪੇਰੈਂਟਸ ਕਿਹੜੀ ਚੀਜ਼ ਦਾ ਖਾਸ ਖਿਆਲ ਰੱਖਣ, ਬੱਚਿਆਂ ਦੇ ਕਿਵੇਂ ਨਜ਼ਰ ਰੱਖਣ? ਐਕਚੁਲੀ ਜਿੱਦਾਂ ਕਿ ਅਸੀਂ ਆਪਾਂ ਦੇਖਦੇ ਹਾਂ ਇਨ ਦੀਸ ਡੇਜ਼ ਬੋਥ ਦਾ ਪੇਰੈਂਟਸ ਆਰ ਵਰਕਿੰਗ, ਦੇ ਡੋਂਟ ਹੈਵ ਅ ਇਨਫ ਟਾਈਮ ਟੂ ਵਾਚ ਐਂਡ ਕੀਪ ਆ ਈਗਲ ਆਈ ਟੂ ਦੇਅਰ ਕਿਡਸ, ਹੈ ਨਾ। ਬਟ ਮੈਂ ਪਰਸਨਲੀ ਸੁਜੈਸਟ ਕਰੂੰਗੀ ਕਿ ਪੇਰੈਂਟਸ ਨੂੰ ਕੁਛ ਟਾਈਮ ਆਪਣੇ ਬੱਚਿਆਂ ਦੇ ਲਈ ਜ਼ਰੂਰ ਰੱਖਣਾ ਚਾਹੀਦਾ, ਸਪੇਅਰ ਟਾਈਮ, ਸੋ ਦੈਟ ਉਹ ਵਾਚ ਕਰ ਸਕਣ ਕਿ ਬੱਚੇ ਕੀ ਕਰ ਰਹੇ ਆ, ਕਿਉਂਕਿ ਬੱਚਿਆਂ ਨੂੰ ਪੇਰੈਂਟਸ ਦੀ ਬਹੁਤ ਜ਼ਰੂਰਤ ਹੈ ਕਿ ਉਹ ਕਿਹੜੇ ਰਾਈਟ ਪਾਥ 'ਤੇ ਚੱਲ ਰਹੇ ਆ ਜਾਂ ਕਿਸੇ ਨੈਗੇਟਿਵ ਪਾਥ 'ਤੇ ਤਾਂ ਨਹੀਂ ਚੱਲ ਰਹੇ। ਸੋ ਉਹਨਾਂ ਨੂੰ ਰਾਈਟ ਪਾਥ ਦੇਣ ਵਾਸਤੇ ਪੇਰੈਂਟਸ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਇਟਸ ਮਾਈ ਪਰਸਨਲ ਸੁਜੈਸ਼ਨ। ਗ੍ਰੈਂਡ ਪੇਰੈਂਟਸ ਕਿੰਨੇ ਖੁਸ਼ ਹੈ? ਬਹੁਤ ਖੁਸ਼ ਹੈ ਜੀ, ਸਾਨੂੰ ਬਹੁਤ ਖੁਸ਼ੀ ਆ, ਦੱਸ ਨਹੀਂ ਸਕਦੇ ਅਸੀਂ। ਬੱਚਿਆਂ ਦੇ ਨਜ਼ਰ ਕਿਹੜੀ ਨਜ਼ਰ ਰੱਖੀ ਜਾਵੇ ਤਾਂ ਜੋ ਤੁਹਾਡਾ ਮੰਤੇਸ਼ਵਰ ਬਾਕੀਆਂ ਲਈ ਵੀ ਰੋਲ ਮਾਡਲ ਬਣੇ, ਜਿਹੜੇ ਸਾਨੂੰ ਦੇਖ ਰਹੇ ਨੇ ਉਹ ਪੇਰੈਂਟਸ ਤੁਹਾਡੀ ਗੱਲ ਨੂੰ ਸੁਣਨ, ਔਰ ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਐਗਜ਼ਾਮ ਦੇਣਾ ਚਾਹੁੰਦੇ ਨੇ ਉਹ ਵੀ ਇਸੇ ਤਰ੍ਹਾਂ ਦਾ ਅਵਾਰਡ ਲੈਣ? ਵੇਖੋ ਜੀ, ਪਹਿਲਾਂ ਤਾਂ ਸਿਹਤ ਜ਼ਰੂਰੀ ਆ, ਸਿਹਤ ਦਾ ਧਿਆਨ ਰੱਖਣਾ ਚਾਹੀਦਾ ਬੱਚੇ ਦੀ। ਜੇ ਸਿਹਤ ਠੀਕ ਹੈ ਬੱਚਾ ਆਪੇ ਪੜੂਗਾ, ਠੀਕ ਹੈ। ਬਾਕੀ ਬੱਚੇ ਦਾ ਰਹਿਣ ਸਹਿਣ ਥੋੜ੍ਹਾ ਜਿਹਾ ਪੜ੍ਹਾਈ ਦਾ ਰੌਲਾ ਨਹੀਂ ਘਰ 'ਚ ਪੈਣਾ ਚਾਹੀਦਾ, ਠੀਕ ਹੈ ਨਾ। ਅਤੇ ਬਾਕੀ ਇਹ ਆਪਣੇ 'ਤੇ ਕੰਟਰੋਲ ਕਰਨਾ ਪੈਂਦਾ, ਇਹ ਸਭ ਅਸੀਂ ਕੀਤਾ ਇਸ ਕਰਕੇ ਸਾਡੇ। ਹਾਂਜੀ, ਬਾਕੀ ਵੇਖੋ ਜੀ, ਪ੍ਰਿੰਸੀਪਲ ਹੈ, ਇਹਨਾਂ ਨੇ ਬਹੁਤ ਧਿਆਨ ਰੱਖਿਆ। ਮਾਤਾ ਗੁਜਰੀ ਸਕੂਲ ਬਹੁਤ ਅੱਛਾ ਹੈ, ਮੈਂ ਫਸਟ ਟਾਈਮ ਦੇਖ ਕੇ ਆਈ ਹਾਂ, ਮੇਰਾ ਬਹੁਤ ਮਨ ਖੁਸ਼ ਹੋਇਆ।
ਦੇਖ ਕੇ ਵੀ ਸਾਡਾ ਬੱਚਾ ਇਸ ਸਕੂਲ ਦੇ ਵਿੱਚ ਪੜ੍ਹ ਰਿਹਾ। ਬਹੁਤ ਈਸ਼ਵਰ ਦੇ ਫਾਦਰ ਕੀ ਕਹਿੰਦੇ ਆ, ਕਿਉਂਕਿ ਤੁਸੀਂ ਤਾਂ ਸਾਰੀ ਦੁਨੀਆ ਵੀ ਦੇਖ ਲਈ, ਉੱਧਰਲਾ ਪਾਸਾ ਵੀ ਦੇਖ ਲਿਆ ਅਤੇ ਇੱਧਰਲਾ ਵੀ ਦੇਖ ਲਿਆ। ਬਸ ਜੀ ਬਹੁਤ ਖੁਸ਼ੀ ਹੈ ਜੀ ਰਿਜ਼ਲਟ ਦੀ। ਇਹਦੇ ਵਿੱਚ ਸਕੂਲ ਦਾ ਬਹੁਤ ਵੱਡਾ ਰੋਲ ਆ ਅਤੇ ਮੈਂ ਮੰਨਦਾ ਸਕੂਲ ਦਾ ਜ਼ਿਆਦਾ, ਸਾਡੇ ਪੇਰੈਂਟਸ ਤੋਂ ਵੀ ਜ਼ਿਆਦਾ ਸਕੂਲ ਦਾ ਬਹੁਤ ਵੱਡਾ ਰੋਲ ਹੈ ਜੀ ਪ੍ਰਿੰਸੀਪਲ ਸਰ। ਥੈਂਕ ਯੂ ਸੋ ਮੰਤੇਸ਼ਵਰ, ਇਸ ਅਚੀਵਮੈਂਟ ਨੂੰ ਬਾਕੀ ਸਟੂਡੈਂਟ ਵੀ ਤੁਹਾਡੇ ਵਾਂਗੂ ਅਚੀਵ ਕਰਨ, ਕੋਈ ਟਿਪਸ ਦਿਓ? ਟਿਪਸ ਫਸਟ ਆਫ ਆਲ ਹੈ ਕਿ ਜੋ ਲੈਕਚਰ ਸਕੂਲ ਵਿੱਚ ਹੈ, ਫਸਟ ਆਫ ਆਲ ਤਾਂ ਤੁਹਾਡੀ 100% ਅਟੈਂਡੈਂਸ ਹੋਣੀ ਚਾਹੀਦੀ ਹੈ, ਦੈਟ ਇਜ਼ ਕੰਪਲਸਰੀ। ਅਨਨੈਸੈਸਰੀ ਲੀਵਸ ਅਵੋਇਡ ਟੇਕਿੰਗ ਇਟ ਐਟ ਆਲ ਕੋਸਟਸ। ਸੈਕਿੰਡਲੀ, ਇੰਟਰਨਲਾਈਜ਼ ਕਰੋ ਆਪਣੇ ਲੈਕਚਰਸ ਨੂੰ ਐਂਡ ਕੰਸੈਪਟਸ ਨੂੰ, ਐਂਡ ਰੈਗੂਲਰ ਸਿਟਿੰਗ ਇਜ਼ ਵੈਰੀ ਇੰਪੋਰਟੈਂਟ। ਸੈਕਿੰਡਲੀ, ਯੂ ਸ਼ੁੱਡ ਮੇਨਟੇਨ ਅ ਪਰਸਨਲ ਕੰਟੈਕਟ ਵਿਦ ਯੋਰ ਟੀਚਰਸ, ਸੋ ਜੋ ਵੀ ਤੁਹਾਡੇ ਡਾਊਟਸ ਆਉਂਦੇ ਆ, ਸੋ ਦੈਟ ਯੂ ਕੈਨ ਰਿਜ਼ੋਲਵ ਇਟ ਪਰਸਨਲੀ। ਲਾਈਕ ਜੋ ਸਾਡੇ ਪ੍ਰਿੰਸੀਪਲ ਮੈਮ ਸੀ, ਸ਼ੀ ਟੋਟ ਅਸ ਇੰਗਲਿਸ਼, ਇਟਸ ਅ ਵੈਰੀ ਗ੍ਰੇਟ ਥਿੰਗ, ਐਂਡ ਇਫ ਐਂਡ ਇਫ ਵੀ ਹੈਡ ਐਨੀ ਡਾਊਟ ਇਨ ਆਰ ਟੋਪਿਕਸ ਔਰ ਸਮਟਾਈਮਸ ਵੀ ਸੋਲਵ ਸੈਂਪਲ ਪੇਪਰਸ, ਤਾਂ ਮੈਮ ਵਾਸ ਈਵਨ ਰੈਡੀ ਟੂ ਪ੍ਰੋਵਾਈਡ ਅਸ ਅਸਿਸਟੈਂਸ ਡਿਊਰਿੰਗ ਦੀ ਈਵਨਿੰਗਸ, ਵਿਚ ਇਜ਼ ਅ ਵੈਰੀ ਗ੍ਰੇਟ ਥਿੰਗ ਸੀਇੰਗ ਦੈਟ ਸ਼ੀ ਇਜ਼ ਅ ਪ੍ਰਿੰਸੀਪਲ ਆਫ ਅ ਸਕੂਲ ਐਜ਼ ਵੈਲ। ਤੁਸੀਂ ਬਾਕੀ ਰਿਜ਼ਲਟ ਮੈਨੂੰ ਦੱਸ ਰਹੇ ਸੀਗੇ, ਮੰਤੇਸ਼ਵਰ ਤੋਂ ਇਲਾਵਾ ਵੀ ਬੜਾ ਅੱਛਾ ਅਚੀਵ ਹੋਇਆ ਸਕੂਲ ਦਾ। ਵੈਸੇ ਮੈਂ ਮੰਤੇਸ਼ਵਰ ਤੋਂ ਇਲਾਵਾ ਵੀ ਨਾ ਤੁਹਾਨੂੰ ਬਹੁਤ ਕੁਝ ਦੱਸਣਾ ਚਾਹੁੰਦੀ। ਸਭ ਤੋਂ ਪਹਿਲਾਂ ਤਾਂ ਆਈ ਵਾਜ਼ ਵੇਟਿੰਗ ਫੋਰ ਦਿਸ ਡੇ ਕਿ ਕਦੋਂ ਇਹ ਦਿਨ ਆਵੇ। ਆਈ ਵਾਜ਼ ਗੈਟਿੰਗ ਡ੍ਰੀਮ, ਇੱਕ ਜਿਵੇਂ ਸੁਪਨਾ ਹੁੰਦਾ ਨਾ ਕਿ ਮੈਂ ਬੱਚਿਆਂ ਨਾਲ ਖੜੀ ਹਾਂ। ਬਸ ਇਹ ਸੀ ਵੀ ਇਹ ਨਹੀਂ ਪਤਾ ਸੀ ਵੀ ਇਸ ਸ਼ੋਲਡਰ ਦੇ ਉੱਪਰ ਕਿਹਦੇ ਸ਼ੋਲਡਰ ਦੇ ਉੱਤੇ ਹੱਥ ਰੱਖਿਆ ਜਾਣਾ, ਕਿਉਂਕਿ ਅਪਰੋਕਸੀਮੇਟਲੀ 50 ਤੋਂ ਅਬਵ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ 95 ਤੋਂ ਅਬਵ ਨੰਬਰ ਨੇ 10th 'ਚ। ਇਸ ਤਰ੍ਹਾਂ ਹੀ ਪਲੱਸ 2 ਵਾਲਾ ਮੰਤੇਸ਼ਵਰ ਨੂੰ ਕਿਹੜੇ ਰੈਂਕ 'ਚ ਰੱਖਿਆ ਸੀ ਤੁਸੀਂ? ਮੰਤੇਸ਼ਵਰ ਐਕਚੁਅਲੀ ਇਹਨਾਂ ਦੀ ਕਲਾਸ ਇੰਨੀ ਟੋਪਰ ਸੀ, ਮਤਲਬ ਸਾਨੂੰ ਖੁਦ ਹੀ ਗੈਸ ਨਹੀਂ ਹੋ ਰਿਹਾ ਸੀ। ਔਰ ਜਿਵੇਂ ਪਤਾ ਹੈ ਨਾ ਕਿ ਕੌਣ ਬਣੇਗਾ ਕਰੋੜਪਤੀ ਐਂਡ 'ਤੇ, ਪਤਾ ਨਹੀਂ ਕੌਣ ਬਣ ਜਾਏਗਾ, ਅਤੇ ਸੈਲੀਬ੍ਰਿਟੀ ਦੀ ਵੇਟ ਹੋ ਰਹੀ ਸੀ ਕਿ ਕਿਹੜਾ ਇੱਕ ਹਾਲਮਾਰਕ ਲੱਗੇਗਾ ਸਾਡੇ ਸਕੂਲ ਦੇ ਨਾਲ, ਉਹ ਮੰਤੇਸ਼ਵਰ ਹੈ ਜਾਂ ਐਕਸ ਵਾਈ ਜ਼ੈਡ ਕਿਹੜਾ ਵੀ ਬੱਚਾ ਆਏਗਾ। ਮਤਲਬ ਬਹੁਤ ਸਾਰੇ ਬੱਚੇ ਸੀ ਜਿਨ੍ਹਾਂ 'ਤੇ ਸਾਨੂੰ ਗੈਸ ਸੀਗਾ ਕਿ ਇਹ ਬੱਚਾ ਨਹੀਂ, ਇਹ ਵੀ ਹੋ ਸਕਦਾ, ਲਾਈਕ ਇੱਦਾਂ ਕਰਕੇ। ਬਾਕੀ ਪਲੱਸ ਕਿ ਇਹਦਾ ਕਿਹੜਾ ਨੰਬਰ ਹੋਏਗਾ, ਤੇ ਆਈ ਵੁੱਡ ਲਾਈਕ ਟੂ ਸੇ ਆਈ ਹੈਵ ਕੈਪਟ ਹਿਮ ਦਾ ਨੰਬਰ 3। ਆਈ ਹੈਵ ਕੈਪਟ ਫਸਟ ਨੰਬਰ ਔਨ ਦਾ ਸਵਾਤੀ, ਸ਼ੂ ਸਕੋਰਡ 98.2 ਮਾਰਕਸ, ਐਂਡ ਟੂ ਦਸ ਫਸਟ ਪੋਜੀਸ਼ਨ ਵਾਸ ਟੂ ਬੀ ਇਨ ਅ ਵੇਵਰ ਪੋਜੀਸ਼ਨ ਫੋਰ ਸਵਾਤੀ, ਐਂਡ ਕਿਆ ਥਾ ਉਸਕਾ ਨਾਮ ਆਪਕੇ ਫਰੈਂਡ ਕਾ, ਦੈਟ ਵਾਸ ਰਣਵੀਰ। ਸੋ ਹੀ ਫਾਲ ਡਾਊਨ ਫਰੋਮ ਦਾ ਕੰਸੈਪਟ, ਦਾ ਰੀਜ਼ਨ ਵਾਸ ਦੇਅਰ ਕਿ ਇੱਕ ਮੋਮੈਂਟ 'ਤੇ ਜਾ ਕੇ ਨਾ ਹੀ ਵਾਜ਼ ਓਵਰ ਕੰਸੈਪਟ ਹੋ ਗਿਆ, ਉਹਦਾ ਇੰਨਾ ਕਨਫਿਊਜ਼ ਹੋ ਗਿਆ ਕਿ ਐਵਰੀ ਟਾਈਮ ਹੀ ਵਾਜ਼ ਐਟ ਦੀ ਬੈਕ ਆਫ ਯੂ ਨੋ ਅਵੇ ਫਰੋਮ ਦਾ ਫੋਕਸ ਹੋਣਾ ਸ਼ੁਰੂ ਹੋ ਗਿਆ, ਅਤੇ ਆਪਣੇ ਉਸ ਚੀਜ਼ ਤੋਂ ਡਾਊਨ ਹੋ ਗਿਆ। ਸਵਾਤੀ ਦਾ ਫਸਟ ਤੋਂ ਡਾਊਨ ਸੈਕਿੰਡ ਪੋਜੀਸ਼ਨ 'ਤੇ ਆਉਣਾ, ਉਹਦਾ ਕਾਰਨ ਕੀ ਸੀਗਾ? ਅਗੇਨ ਮੈਂ ਤੁਹਾਨੂੰ ਦੱਸਿਆ ਨਾ, ਇੱਕ ਹੋਲਿਸਟਿਕ ਅਪਰੋਚ ਹੁੰਦੀ ਹੈ, ਇਹਨੇ ਇਹਨੂੰ ਬੜਾ ਕਲੋਜ਼ਲੀ ਓਬਜ਼ਰਵ ਕੀਤਾ। ਇਸ ਚੀਜ਼ ਦੀ ਮੈਂ ਨੋਟੀਫਿਕੇਸ਼ਨ ਮੇਰੇ ਅਕਾਊਂਟ ਵਿੱਚ ਤਦ ਆਈ ਜਦੋਂ ਇਨ ਦਾ ਮੰਥ ਆਫ ਮਾਰਚ, ਯੂ ਕੈਨ ਸੇ ਵੈਨ ਹੀ ਐਗਜ਼ਾਮੀਨੇਸ਼ਨ ਡੇਜ਼ ਵਾਸ ਟੂ ਬੀ ਅਪਰੋਚਡ ਐਂਡ ਹੀ ਸਟਾਰਟਿਡ ਅਪ, ਇਹਨੇ ਜਿਸ ਤਰ੍ਹਾਂ ਦੇ ਕੁਸ਼ਚਨ ਪੁੱਛਣੇ ਸ਼ੁਰੂ ਕੀਤੇ ਨਾ ਮੈਨੂੰ ਉਸ ਦੌਰਾਨ ਦੇ ਵਿੱਚ, ਮਤਲਬ ਇਹੋ ਜਿਹੇ ਕੁਸ਼ਚਨ ਸਿਰਫ ਰੇਅਰ ਬੱਚਿਆਂ ਦੇ ਦਿਮਾਗ ਦੇ ਵਿੱਚ ਆਏ, ਅਤੇ ਜਿਹਨੂੰ ਕੰਸੈਪਟ ਨੂੰ ਦੱਸਣ ਤੋਂ ਬਾਅਦ ਵੀ ਬੱਚੇ ਨੇ ਅੱਗੋਂ ਰੀਪਲੇ ਕਰਕੇ ਉਹਦੇ ਕੁਸ਼ਚਨ ਦਾ ਦੁਬਾਰਾ ਮੇਰੇ ਕੋਲ ਆਨਸਰ ਲਿਆ। ਉਸ ਟਾਈਮ ਨਾ ਮੈਂ ਆਪਣੇ ਮਨ ਦੇ ਵਿੱਚ ਵੇਵਰ ਕਰਨ ਲੱਗ ਗਈ ਕਿ ਫਸਟ ਪੋਜੀਸ਼ਨ ਇਜ਼ ਇਨ ਡੇਂਜਰ, ਵੀ ਪਹਿਲੇ ਵਾਲੇ ਨੈਕਸਟ ਗੋਲ ਕੀ ਹੋਏਗਾ ਮੰਤੇਸ਼ਵਰ ਦਾ? ਚਲੋ ਹਾਲੇ ਤਾਂ ਕਹਿੰਦੇ ਆ ਸ਼ੁਰੂਆਤ ਹੈ, ਸਟੈਪ ਚੜ੍ਹ ਰਹੇ ਹੋ। ਨੈਕਸਟ ਗੋਲ ਮੈਂ ਆਪਣੇ ਨੈਕਸਟ ਗੋਲ ਰੱਖਿਆ ਕਿ ਜੇਈ ਜੋ ਐਗਜ਼ਾਮ ਹੁੰਦਾ ਐਂਟਰੈਂਸ ਐਗਜ਼ਾਮ, ਐਂਡ ਆਈ ਐਮ ਪ੍ਰੀਪੇਅਰ ਸਟਾਰਟਿਡ ਪ੍ਰੀਪੇਅਰਿੰਗ ਫੋਰ ਦੈਟ, ਐਂਡ ਹੋਪਫੁਲੀ ਆਈ ਹੋਪ ਮੈਂ ਹੋਪ ਕਰਦਾ ਕਿ ਅੱਛਾ ਹੀ ਜਾਏਗਾ, ਦੈਟ ਇਜ਼ ਮਾਈ ਨੈਕਸਟ ਗੋਲ। ਬਿਲਕੁਲ, ਸੋ ਇਹ ਮੰਤੇਸ਼ਵਰ ਦੀ ਪ੍ਰਾਪਤੀ ਹੈ, 99% ਜਿਹੜਾ ਰਿਜ਼ਲਟ ਆਇਆ, ਔਰ ਬਾਕੀ ਬੱਚਿਆਂ ਲਈ ਵੀ ਇੱਕ ਰੋਲ ਮਾਡਲ ਨੇ, ਔਰ ਜਿਹੜੇ ਮੰਤੇਸ਼ਵਰ ਦੇ ਟਿਪਸ ਨੇ ਉਹ ਮਾਪਿਆਂ ਨੂੰ ਜ਼ਰੂਰ ਉਹਦੇ ਬਾਰੇ ਗੌਰ ਕਰਨਾ ਚਾਹੀਦਾ, ਤਾਂ ਜੋ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਦਾ ਜਿਹੜਾ ਸਕਸੈਸ ਔਰ ਗੋਲ ਹੈ ਉਹ ਹਾਸਲ ਕਰ ਸਕਣ।
ਸੋ ਮੈਨੂੰ ਜਸਵਿੰਦਰ ਸਿੰਘ ਬਿੱਟਣ ਦਿਓ ਇਜਾਜ਼ਤ, ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀਵੀ।